ਪੰਜਾਬੀ 뮤직 ਇੰਡਸਟਰੀ ਅਤੇ ਵਿਵਾਦਾਂ ਦਾ ਪੁਰਾਣਾ ਰਿਸ਼ਤਾ ਹੈ। ਇਸ ਦੇ ਵਿੱਚ ਇੱਕ ਨਵਾਂ ਵਿਵਾਦ ਹੁਣ ਜੁੜ ਗਿਆ ਹੈ। ਜਲਾਲਾਬਾਦ ਦੇ ਪਿੰਡ ਟਾਲੀਵਾਲਾ ਦੇ ਰਹਿਣ ਵਾਲੇ ਕਵੀ ਖਾਨ ਨੇ ਪੰਜਾਬੀ ਗਾਇਕ ਮਨਿੰਦਰ ਪੁੱਟਰ ਅਤੇ ਵਾਈਟ ਹਿੱਲ 뮤직 ਕੰਪਨੀ ਤੇ ਉਸ ਦਾ ਗਾਣਾ ਚੋਰੀ ਕਰਕੇ ਗਾਉਣ ਦੇ ਆਰੋਪ ਲਗਾਏ ਨੇ। ਕਵੀ ਖਾਨ ਦੇ ਮੁਤਾਬਕ ਇਹ ਗਾਣਾ ਉਸਨੇ ਸਾਲ 2018 'ਚ ਲਿਖਿਆ ਸੀ। ਉਦੋਂ ਹੀ ਇਹ ਗਾਣਾ ਰਜਿਸਟਰਡ ਵੀ ਕਰਵਾ ਲਿਆ ਗਿਆ ਸੀ ਅਤੇ ਇਸ ਗਾਣੇ ਦੀ ਵੀਡੀਓ ਸ਼ੂਟਿੰਗ ਲਈ ਉਸ ਵੱਲੋਂ ਚੰਡੀਗੜ੍ਹ ਦੀ ਇੱਕ ਨਾਮੀ ਕੰਪਨੀ ਵਾਈਟ ਹਿੱਲ 뮤직 ਦੇ ਨਾਲ ਸੰਪਰਕ ਕੀਤਾ ਗਿਆ। ਇਸ ਤੇ ਕੰਪਨੀ ਨੇ ਉਸ ਨੂੰ ਗਾਣੇ ਦੀ ਡੈਮੋ ਭੇਜਣ ਲਈ ਕਿਹਾ। ਬਾਅਦ ਵਿੱਚ ਵਟਸਐਪ ਤੇ ਉਸਨੇ ਕੰਪਨੀ ਨੂੰ ਗਾਣਾ ਸੈਂਡ ਕਰ ਦਿੱਤਾ। ਇਸ ਤੋਂ ਬਾਅਦ ਕੰਪਨੀ ਵੱਲੋਂ ਵੀਡੀਓ ਬਣਾਉਣ ਤੇ ਟਾਲਮ ਟੋਲ ਕੀਤਾ ਗਿਆ। ਹੁਣ ਉਸ ਨੂੰ ਪਤਾ ਲੱਗਾ ਹੈ ਕਿ ਉਸ ਦਾ ਗਾਣਾ ਚੋਰੀ ਕਰਕੇ ਕੰਪਨੀ ਦੇ ਵੱਲੋਂ ਕਿਸੇ ਹੋਰ ਸਿੰਗਰ ਤੋਂ ਗਵਾ ਲਿਆ ਗਿਆ ਹੈ। ਇਸ ਦੀ ਪ੍ਰੋਮੋ YouTube ਤੇ ਚੱਲ ਰਹੀ ਹੈ। ਇਸ ਸੰਬੰਧ ਦੇ ਵਿੱਚ ਉਸਦੇ ਵੱਲੋਂ ਮੀਡੀਆ 'ਚ ਗੁਹਾਰ ਲਗਾਈ ਗਈ ਹੈ, ਨਾਲ ਹੀ ਕਾਨੂੰਨੀ ਕਾਰਵਾਈ ਦੀ ਗੱਲ ਵੀ ਉਸਨੇ ਆਖੀ ਹੈ। ਅਸੀਂ ਅਜੇ ਤਿਆਰੀਆਂ 'ਚ ਸੀ ਵੀ ਚਲੋ ਵਧੀਆ ਲੈਵਲ 'ਤੇ ਗਾਣਾ ਕਰਾਂਗੇ, ਪਰ ਉਹਨਾਂ ਸਾਡੇ ਗਾਣੇ ਤੋਂ ਪਹਿਲਾਂ ਹੀ ਰਿਲੀਜ਼ ਕਰ ਲਿਆ। ਅਤੇ ਯਾਨੀ ਕਿ ਤੁਹਾਡੇ ਇਲਜ਼ਾਮ ਨੇ ਕਿ ਤੁਹਾਡਾ ਗਾਣਾ ਜਿਹੜਾ ਹੈਗਾ ਉਹ ਚੋਰੀ ਕਰਕੇ ਮਨਿੰਦਰ ਬੁੱਟਰ ਤੋਂ ਗਵਾ ਲਿਆ ਗਿਆ। ਠੀਕ ਹੈ, ਸਾਡੇ ਤਾਂ ਹੱਥ ਖਾਲੀ ਦੀ ਖਾਲੀ। ਅਸੀਂ ਜਦੋਂ ਜਾਈਏ ਚੰਡੀਗੜ੍ਹ ਆਏ ਅਤੇ ਭੈਣ ਸਾਰੇ ਚੋਰ ਹੀ ਬੈਠੇ ਆ, ਜਿੰਨੇ ਵੇਖਿਆ ਸਾਰੇ ਚੋਰ ਬੈਠੇ ਆ। ਅਤੇ ਇਹਨਾਂ ਨੇ ਸਾਡੇ ਕੁਝ ਪੱਲੇ ਨਹੀਂ ਪਾਇਆ। ਪਹਿਲਾਂ ਵਾਲੇ ਗਾਣੇ 'ਚ ਵੀ ਸਾਡਾ ਜਿਹੜਾ 10-12 ਕਰੋੜਾਂ ਰੁਪਈਏ ਕਮਾ ਗਿਆ, ਸਾਨੂੰ ਕੁਛ ਨਹੀਂ ਮਿਲਿਆ। ਅਤੇ ਹੁਣ ਜਿਹੜਾ ਮੈਂ ਆਹੀ ਪ੍ਰਸ਼ਾਸਨ ਤੋਂ ਵੀ ਮੰਗ ਕਰਾਂਗਾ ਵੀ ਕਿ ਹੁਣ ਮੈਂ ਕੱਲ੍ਹ ਨੂੰ ਇੱਕ DSP 'ਤੇ ਮੈਂ ਦਰਖਾਸਤ ਲਾਈ ਹੈ ਅਤੇ ਮੈਂ ਆਪਦਾ ਕੋਰਟ ਕੇਸ ਪਾਉਣ ਲੱਗਿਆ, ਹਾਈ ਕੋਰਟ 'ਚ ਪਾਉਣ ਲੱਗਿਆ ਕਿ ਮੇਰੇ ਇਸ ਮਸਲੇ 'ਤੇ ਮੇਰੀ ਸੁਣਵਾਈ ਕੀਤੀ ਜਾਵੇ। ਪੁਲਿਸ ਨੂੰ ਵੀ, ਸਾਰੇ ਪ੍ਰਸ਼ਾਸਨ ਨੂੰ ਮੇਰੀ ਰਿਕੁਐਸਟ ਹੈ ਕਿ ਹਰ ਵਾਰ ਨੇ ਜਿੰਨੇ ਵੀ ਬੈਠੇ ਚੰਡੀਗੜ੍ਹ 'ਚ ਚੋਰ ਬੈਠੇ ਆ ਸਾਰੇ, ਅਸੀਂ ਸਾਰਾ ਕੁਛ ਆਪਣਾ ਲੋਹਿਆ ਤਲੋਹਿਆ ਲਾ ਕੇ ਵੇਚ ਕੇ ਅਸੀਂ ਮੰਨ ਲਓ ਅਤੇ ਗਾਣੇ ਨੂੰ ਕੀਤਾ ਵੀ ਚਲੋ ਹਰ ਵਾਰ ਸੋਚਿਆ ਕੁਛ ਬਣ ਜਾਵਾਂਗੇ, ਪਰ ਅੱਗੇ ਸਾਨੂੰ ਹੋਣ ਹੀ ਨਹੀਂ ਦੇ ਰਿਹਾ। ਸਾਨੂੰ ਮੈਨੂੰ 12-13 ਸਾਲ ਹੋ ਗਏ ਧੱਕੇ ਖਾਂਦੇ ਨੂੰ, ਅਤੇ ਹਰੇਕ ਵਾਰ ਇੱਦਾਂ ਹੀ ਮੇਰੇ ਨਾਲ ਹੋ ਜਾਂਦਾ। ਇੱਕ ਮੈਂ ਵੀਡੀਓ ਕਰ ਰੱਖਿਆ ਜੋ ਕਿ B2Gather ਵਾਲਿਆਂ ਨੇ ਵੀਡੀਓ ਕਰਿਆ, ਉਹਨਾਂ ਨੇ ਵੀਡੀਓ ਕੀ ਕਰਨਾ ਸੀ, ਉਹਨਾਂ ਨੇ ਪੈਸੇ ਹੀ ਖਾ ਗਏ। ਉਹ ਮਾੜਾ ਮੋਟਾ ਵੀਡੀਓ ਉਹਨਾਂ ਨੇ ਕੀਤੀ ਬੈਠਿਆ ਜੀ, ਇੱਦਾਂ ਡਿਲੀਟ ਹੋ ਗਿਆ, ਫਲਾਣਾ ਹੋ ਗਿਆ, ਢਮਕਾਣਾ ਹੋ ਗਿਆ, ਉਹਨਾਂ ਨੂੰ ਅਸੀਂ ਜਾ ਕੇ ਕਹੀਏ ਉਹ ਅੱਗੋਂ ਗੱਲ ਪੈਣ ਨੂੰ ਆਉਂਦੇ ਆ, ਅਤੇ ਅਸੀਂ ਹੁਣ ਕਿਹੜੇ ਪਾਸੇ? ਸਾਡੇ ਕੋਲ ਤਾਂ ਪੁਲਿਸ ਦਾ ਸਹਾਰਾ ਹੈ ਜੀ, ਜਾਂ ਕੋਰਟ ਦਾ ਸਹਾਰਾ, ਅਸੀਂ ਉਹੀ ਲੈਣਾ। ਇਹਨਾਂ ਨੇ ਲਹਿੰਗਾ ਗਾਣਾ ਕੀਤਾ ਸੀ, ਉਹਦੇ ਵਿੱਚ ਵੀ ਹੇਰਾ ਫੇਰੀ ਗਾਣਾ ਲੀਕ ਹੋ ਗਿਆ, ਕਿਸੇ ਹੋਰ ਕਲਾਕਾਰ ਗਾ ਲਿਆ ਜੀ ਜੀ, ਰਜਿਸਟਰੀ ਦੇ ਵਿੱਚ ਹੇਰਾ ਫੇਰੀ ਕਰ ਲਈ ਜੀ, ਇਹ ਫਿਰ ਰੋਂਦਾ ਰਹਿ ਗਿਆ, ਧੱਕੇ ਖਾਂਦਾ ਰਹਿ ਗਿਆ। ਹੁਣ ਦੂਸਰੀ ਵਾਰ ਫਿਰ ਹੋ ਗਈ ਇਹ, ਹੁਣ ਗਾਣਾ ਇਹਨਾਂ ਨੇ ਸੌਂਗ ਕੀਤਾ ਜਿਹੜਾ, ਉਹ ਵੀ ਇਹ ਕੰਪਨੀ ਕੋਲ ਲੈਣ 'ਤੇ ਗਿਆ ਸਾਰਾ ਲੈਣ ਵਾਸਤੇ, ਪੈਸਾ ਬੜਾ ਅਸੀਂ ਲਾਇਆ, ਮਜ਼ਬੂਰ ਹੋਇਆ, ਪਰ ਉਸੀ ਤਰ੍ਹਾਂ ਹੀ ਹੁਣ ਵੀ ਇਹਦੇ ਨਾਲ ਇਹੋ ਕਾਰ ਹੋ ਗਈ। ਅਤੇ ਕੋਈ ਸਾਨੂੰ ਤਾਂ ਇਹਨਾਂ ਵਿੱਚ ਕੋਈ ਬੰਦਾ ਸਾਫ਼ ਨਹੀਂ ਦਿਸ ਰਿਹਾ, ਜਿੰਨੀ ਜੱਸੀ ਦਿਸ ਰਹੀ ਸਭ ਕਾਲੀ ਦਿਸ ਰਹੀ ਹੈ, ਚੋਰ ਦਿਸ ਰਹੇ ਨੇ ਅਸੀਂ ਤਾਂ ਦੋ ਤੁਸੀਂ ਤੰਗ ਹੋ। ਮੁੰਡੇ ਦਾ ਸ਼ੌਂਕ ਸੀ, ਸ਼ੌਂਕ ਪੂਰਾ ਕਰਦਾ ਕਰਦਾ ਮੈਂ ਤਾਂ ਅੱਗੇ ਕੋਈ ਆਸਰਾ ਹੈਗਾ ਸੀ ਜਿਹੜਾ ਵੀ ਇਹਦੇ ਨਾਲ ਖੜ੍ਹਾ ਸੀ, ਪਰ ਹੁਣ ਤਾਂ ਸਾਡੇ ਵੀ ਅੰਦਰ ਜਿਹੜੇ ਨੇ ਭੈਣ ਭਰਾ ਟੁੱਟ ਚੁੱਕੇ ਨੇ।